ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਗੇ ਸੋ ਗਾਈਜ਼ ਵੈਲਕਮ ਬੈਕ ਟੂ ਆਰ ਯੂਟਿਊਬ ਚੈਨਲ ਸੋ ਮੈਂ ਅੱਜ ਚੱਲੀ ਹਾਂ ਪੇਕੇ ਯਾਨੀ ਕਿ ਦਿੱਲੀ ਔਰ ਗੁਰਵਿੰਦਰ ਇੱਥੇ ਮੈਨੂੰ ਛੱਡਣ ਚੱਲੇ ਆ ਔਰ ਉਹ ਬਹੁਤ ਜ਼ਿਆਦਾ ਖੁਸ਼ ਹੈ ਕਿ ਮੈਂ ਜਾ ਰਹੀ ਹਾਂ ਆਪਣੇ ਪੇਕੇ ਖੜ ਜਾਓ ਇੱਕ ਮਿੰਟ ਸਮਾਨ ਲੈ ਕੇ ਆਇਆ ਮੇਰੇ ਔਰ ਮੈਨੂੰ ਕਹਿ ਰਿਹਾ ਕਿ ਮੇਰਾ ਦਿਲ ਨਹੀਂ ਲੱਗੇਗਾ ਬਟ ਐਕਚੁਅਲੀ 'ਚ ਇਹਦੇ ਮਨ 'ਚ ਲੱਡੂ ਫੁੱਟਦਾ ਪਿਆ ਕਿ ਮੇਰਾ ਦਿਲ ਲੱਗੂਗਾ ਹੈਲੋ ਹੈਲੋ ਗਾਈਜ਼ ਹੈਲੋ ਕਿੱਥੇ ਚੱਲੇ ਹੋ ਕੀ ਕਰਨ ਆ ਗੱਡੀ ਬਾਹਰ ਕੱਢੋ ਹਾਂ ਇੱਧਰ ਐਕਸਪ੍ਰੈਸ਼ਨ ਦਿਖਾਇਓ ਆਪਣੇ ਤੁਸੀਂ ਅਪਸੈਟ ਹੋ ਨਾ ਬਹੁਤ ਖੁਸ਼ ਹੈ ਭਾਈ ਬਹੁਤ ਖੁਸ਼ ਹੈ ਮੁੰਡਾ ਗਾਈਜ਼ ਮੈਂ ਵੈਸੇ ਮੇਰੇ ਮੰਮੀ ਪਾਪਾ ਇੱਥੇ ਆ ਗਏ ਸੀਗੇ ਬਟ ਮੈਨੂੰ ਦਿੱਲੀ ਗਏ ਕਾਫੀ ਟਾਈਮ ਹੋ ਗਿਆ ਸੀਗਾ ਸੋ ਮੈਂ ਹੁਣ ਦਿੱਲੀ ਚੱਲੀ ਹਾਂ ਔਰ ਦੂਜੀ ਚੀਜ਼ ਇਹ ਕਿ ਸਾਡੀ ਇਸ ਵਾਰੀ 6 month ਐਨੀਵਰਸਰੀ ਆ ਅਤੇ ਮੈਂ ਚਾਹੁੰਦੀ ਸੀ ਕਿ ਮੈਂ ਗੁਰਵਿੰਦਰ ਨਾਲ ਉਹਨੂੰ ਸੈਲੀਬ੍ਰੇਟ ਕਰਾਂ ਥੋੜ੍ਹਾ ਬਹੁਤ ਔਰ ਲੈਟਸ ਸੀ ਹੁਣ ਮੈਨੂੰ ਲੱਗਦਾ ਦਿੱਲੀ ਜਾ ਕੇ ਸੈਲੀਬ੍ਰੇਟ ਹੋਊਗਾ ਗਾਈਜ਼ ਆਪਾਂ ਕਾਫੀ ਟਾਈਮ ਤੋਂ ਵਲੋਗ ਵੀ ਨਹੀਂ ਪਾ ਰਹੇ ਸੀਗੇ ਕਿਉਂਕਿ ਕੁਛ ਫੈਮਿਲੀ 'ਚ ਕੰਮ ਸੀਗਾ ਕੁਛ ਇਸ਼ੂਜ਼ ਵੀ ਸੀਗੇ ਮਤਲਬ ਕੁਛ ਥੋੜ੍ਹਾ ਬਹੁਤ ਘਰ ਕੰਮ ਵੰਮ ਚੱਲਦਾ ਪਿਆ ਸੀਗਾ ਕੁਛ ਇੱਦਾਂ ਦੀ ਹੈਪਨਿੰਗ ਸੀਗੀਆਂ ਕਿ ਆਪਾਂ ਵਲੋਗ ਨਹੀਂ ਬਣਾ ਪਾਏ ਸੋ ਹੋਪ ਆਪਾਂ ਹੁਣ ਰੈਗੂਲਰ ਵਲੋਗ ਪਾਵਾਂਗੇ ਅਤੇ ਬਟ ਹੁਣ ਮੈਂ ਤਾਂ ਚੱਲੀ ਹਾਂ ਦਿੱਲੀ ਅਤੇ ਗੁਰਵਿੰਦਰ ਇਕੱਲਾ ਹੀ ਵਲੋਗ ਬਣਾ ਲੂਗਾ ਮੇਰੇ ਬਿਨਾਂ ਚਲੋ ਇਹ ਤਾਂ ਬਹੁਤ ਖੁਸ਼ ਹੈ ਬਹੁਤ ਜ਼ਿਆਦਾ ਇਹਦੀ ਤਾਂ ਟੋਨ ਤੋਂ ਪਤਾ ਲੱਗ ਰਿਹਾ ਕਿੰਨਾ ਖੁਸ਼ ਹੈ ਮੈਂ ਇਹਨੂੰ ਕਿਹਾ ਮੈਂ ਕਿਹਾ ਤੁਹਾਡਾ ਮੇਰੇ ਬਿਨਾਂ ਜੀ ਲੱਗ ਜੂ ਕਹਿੰਦਾ ਬਿਲਕੁਲ ਵੀ ਨਹੀਂ ਲੱਗੂਗਾ ਔਰ ਅੱਗੋਂ ਹੱਸਦਾ ਪਿਆ ਸੀ ਕਿਵੇਂ ਚਲੋ ਬਾਹਰ ਆਓ ਜਲਦੀ ਤੁਸੀਂ ਅਪਸੈਟ ਲੱਗ ਰਹੇ ਹੋ ਫੇਸ ਤੁਹਾਡਾ ਨਾ ਠੀਕ ਨਹੀਂ ਲੱਗ ਰਿਹਾ ਤੁਹਾਡਾ ਜੀ ਨਹੀਂ ਲੱਗੇਗਾ ਮੇਰੇ ਬਿਨਾਂ ਨਹੀਂ ਲੱਗ ਜੇਗਾ ਚਲੋ ਗੱਡੀ ਵੀ ਉਦੋਂ ਤੱਕ ਨਹੀਂ ਪਹੁੰਚੇਗੀ ਜਦੋਂ ਤੱਕ ਇਹਦੀ ਯਾਰ ਇੱਥੇ ਵੀ ਤਾਂ ਹੈਗਾ ਪਿੱਛੇ ਕੋਈ ਹੈ ਹੀ ਨਹੀਂ ਕਿੰਦੂ ਯਾਰ ਭੁੱਖ ਲੱਗੀ ਹੈ ਬਹੁਤ ਜ਼ੋਰ ਦੀ ਕਿਤੇ ਰੋਕ ਲਓ ਗੱਡੀ ਕਿੰਨੀ ਦੇਰ ਦਾ ਕਿਹਾ ਹੋਇਆ ਰੋਟੀ ਖਾ ਕੇ ਨਿਕਲੇ ਹੋ ਤੇ ਤੈਨੂੰ ਫਿਰ ਭੁੱਖ ਲੱਗੀ ਯਾਰ 1 ਮਿੰਟ ਰੋਟੀ ਸਵੇਰੇ 9:30 ਵਜੇ ਦੀ ਖਾਧੀ ਹੈ ਹੁਣ ਟਾਈਮ ਕੀ ਹੋਇਆ 1 ਮਿੰਟ 2:30 ਵੱਜ ਗਏ ਗਾਇਸ ਭੁੱਖ ਨਹੀਂ ਲੱਗੇਗੀ ਇੰਨੀ ਦੇਰ ਚ ਸਬਵੇ ਦਾ ਬੋਰਡ ਆ ਗਿਆ 1 ਕਿਲੋਮੀਟਰ 10 ਮਿੰਟ ਦਾ ਰਸਤਾ ਹੈ ਸਬਵੇ ਜਾਂਦੇ ਆ ਯਾਰ ਸਬਵੇ ਖਾਧਾ ਤੇ ਜਾਂਦਾ ਨਹੀਂ ਤੁਸੀਂ ਨਾ ਖਾਓ ਮੈਂ ਸਬਵੇ ਖਾ ਲਾਂਗਾ ਤੁਸੀਂ ਕੁਝ ਹੋਰ ਖਾ ਲਿਓ ਮੈਂ ਸਬਵੇ ਖਾ ਲਾਂਗਾ ਚਲੋ ਇਦਾਂ ਦੇਖ ਲੈਂਦੇ ਆ ਨਹੀਂ ਤਾਂ ਮੈਂ ਵੀ ਖਾ ਲਾਂਗੀ ਖਾਧਾ ਤੇ ਜਾਂਦਾ ਨਹੀਂ ਹੈ ਲੱਭਦੇ ਆ ਇਹਨਾਂ ਦਾ ਸਭ ਵੀ
ਲੋ ਜੀ ਤੇ ਗਾਇਜ਼ ਫਾਈਨਲੀ ਸਾਨੂੰ ਸਬਵੇ ਮਿਲ ਗਿਆ। ਉਹ ਤਾਂ 2 ਮਿੰਟ ਦਾ ਹੀ ਰਸਤਾ ਸੀਗਾ, ਉਹ ਸਬ ਹਬ ਸੀ ਤੇ ਸਬਵੇ ਹੈ। ਤੇ ਚਲੋ ਗਾਇਜ਼ ਚੱਲਦੇ ਆ ਅੰਦਰ। ਹੈਂ ਮੈਂ ਕਾਫੀ ਪੀਉਂਗੀ ਨਾਲ। ਚਲੋ ਤੁਸੀਂ ਕਾਫੀ ਪੀ ਲਿਓ। ਚਲੋ ਮੇਰੀ ਗੱਲ ਸੁਣੋ, ਆਰਡਰ ਮੈਨੂੰ ਨਹੀਂ ਆਂਦਾ ਸਬਵੇ ਦਾ ਕਰਨਾ, ਆਪ ਹੀ ਕਰਦੇ ਹੋ ਵੈਜ। ਠੀਕ ਹੈ, ਕਹਿੰਦੀ ਮੈਨੂੰ ਨਹੀਂ ਆਰਡਰ ਆਉਂਦਾ ਸਬਵੇ ਦਾ, ਤੁਸੀਂ ਕਰਿਓ। ਗਾਇਜ਼ ਮੈਂ ਖਾ ਰਹੀ ਹਾਂ ਆਲੂ ਪੈਟੀ ਵਾਲਾ, ਕਿਉਂਕਿ ਮੈਨੂੰ ਇਹੀ ਪਤਾ ਲੱਗਾ ਕਿ ਇਹੀ ਹੁੰਦਾ, ਮੈਨੂੰ ਨਹੀਂ ਪਤਾ ਹੋਰ ਕਿਹੜਾ ਕਿਹੜਾ ਹੁੰਦਾ। ਹਾਂ ਇਹ ਚੀਜ਼ ਐਡ ਕਰਨੀ ਹੈ। ਇਹ ਵੀ ਹੋ ਜਾਏਗਾ ਐਡ? ਇਹ ਕਿਆ ਹੈ? ਇਹ ਨਹੀਂ ਸਵੀਟ ਕੋਰਨ ਨਹੀਂ ਹੈ? ਸਵੀਟ ਕੋਰਨ ਅੱਛਾ। ਔਰ ਇਹ ਕਿਆ ਹੈ? ਇਹ ਕਿਆ ਹੈ? ਇਹ ਇੱਕ ਐਡ ਕਰ ਦੇਣਾ। ਕਿਤਨੀ ਹੋਏਗੀ? ਨਹੀਂ 3 ਤੋਂ ਨਹੀਂ, ਹੈਵੀ ਹੋ ਜਾਏਗਾ। ਫਿਰ ਥੋੜ੍ਹਾ ਸਾ ਉਹ ਕਰ ਦੇਣਾ, ਐਡ ਔਨ ਮੈਂ ਇੱਕ ਹੀ ਕਰ ਦੇਣਾ ਨਾ। ਅੱਛਾ ਫਿਰ ਆਪ ਇੱਕ ਕੰਮ ਨਾ, ਥੋੜ੍ਹੇ ਜਿਹੇ ਸਪਿਨਚ ਐਡ ਕਰ ਦੇਣਾ। ਉਹ ਸਪਿਨਚ ਕਹਿ ਰਹੇ ਸਵੀਟ ਕੋਰਨਸ? ਹਾਂ ਉਹ ਵੀ ਇਹੀ ਰਹੇਗਾ, 70 ਚਾਰ ਰਹੇਗਾ। ਹਾਂ ਮਤਲਬ ਕੁਆਂਟਿਟੀ ਕਮ ਰੱਖਣਾ ਹੀ ਹੈ। ਹਾਂ ਬੜਾ ਔਖਾ ਯਾਰ ਇੱਥੇ ਔਡਰ ਕਰਨਾ, ਮੈਨੂੰ ਨਾ ਆਹ ਨਹੀਂ ਵਧੀਆ ਲੱਗਦੇ ਆ, ਗ੍ਰੀਨ ਗ੍ਰੀਨ ਵਾਲੇ ਮੈਨੂੰ ਨਹੀਂ ਵਧੀਆ ਲੱਗਦੇ। ਗਾਈਸ ਮੇਰਾ ਔਡਰ ਤਾਂ ਰੈਡੀ ਹੈ, ਖਾਣਾ ਟਾਰਗੇਟ ਹੈ ਨਾ। ਆਹ ਕੁਕੀ ਆਹ ਮੈਨੂੰ ਪਸੰਦ ਹੈ। ਗੁਰੂ ਇਹਨਾਂ ਦਾ ਔਡਰ ਰੈਡੀ ਹੋ ਰਿਹਾ, ਪਤਾ ਨਹੀਂ ਇੱਦਾਂ ਦਾ ਕੀ ਬਣਵਾ ਰਿਹਾ। ਲਓ ਜੀ ਵਧੀਆ ਬਣਿਆ, ਨਹੀਂ ਵਧੀਆ ਲੱਗਾ? ਇਹਨੂੰ ਸਭ ਵੀ ਨਹੀਂ ਵਧੀਆ ਲੱਗਦਾ, ਮੇਰੇ ਕਰਕੇ ਖਾ ਰਹੀ ਹੈ ਸਿਰਫ। ਹਾਂ ਚਲੋ ਜੀ, ਕੋਲਡ ਡਰਿੰਕ ਮਿਲਿਆ ਨਹੀਂ ਇਹਨਾਂ ਤੋਂ। ਉਹ ਯਾਰ ਉੱਥੋਂ ਮਿਲ ਜੂਗਾ ਸੋ ਬਰਿਸਤਾ, ਬਰਿਸਤਾ ਤਾਂ ਕਾਫੀ ਮਿਲਦੀ ਹੈ ਨਾ ਕਿ ਕੋਲਡ ਡਰਿੰਕ ਵੀ ਮਿਲਦੀ ਨਹੀਂ ਮਿਲਦਾ ਕੋਲਡ ਡਰਿੰਕ ਭਰਾ। ਚਲੋ ਜੀ ਲੋ ਜੀ ਗਾਇਸ ਇੱਥੇ ਕੋਲਡ ਡਰਿੰਕ ਮਿਲੀ ਨਹੀਂ, ਸੋ ਅਸੀਂ ਸੋਚਿਓ ਕਾਫੀ ਪੀ ਲਈਏ, ਅਤੇ ਕਾਫੀ ਸਾਡੀ ਬੰਦ ਹੀ ਪਈ ਹੈ। ਔਰ ਗੁਰਵਿੰਦਰ ਸਰ ਬੈਠੇ ਨੇ, ਆਪਣਾ ਕੰਮ ਕਰ ਰਹੇ ਨੇ, ਬਿਜ਼ਨਸ ਕਰ ਰਹੇ ਨੇ ਫੋਨ 'ਤੇ। ਹਾਂਜੀ ਸਰ, ਕਿੱਦਾਂ? ਠੀਕ ਹੋ? ਠੀਕ ਹੈ ਠੀਕ ਹੈ। ਕਿਆ ਪੀਓਗੇ? ਮੇਰੀ ਹੌਟ ਹੈ ਕਾਫੀ, ਤੁਹਾਡੀ ਕੋਲਡ ਹੈ? ਸਟ੍ਰੋ ਬਈ ਛੋਟੀ ਹੀ ਯਾਰ, ਵਾਹੀ ਆਈ ਹੈ ਯਾਰ। ਉਹ ਅੱਗੇ ਪੋਲਿਊਸ਼ਨ ਹੈ ਕਿ ਫੋਗ ਵਗੈਰਾ ਪੈ ਗਈ ਹੈ? ਸਾਰਾ ਕੁਛ ਵਧੀਆ, ਬਸ ਇੱਕ ਟ੍ਰੈਫਿਕ ਉਹ ਨੀ, ਮਤਲਬ ਹੁਣ ਤੱਕ ਤੇ ਰੋਡ ਬਿਲਕੁਲ ਸਾਫ ਸੀਗੇ, ਹੁਣ ਟ੍ਰੈਫਿਕ ਹੈ ਇੱਥੇ ਐਂਟਰ ਹੁੰਦੇ ਹੀ। ਪਹਿਲਾਂ ਤਾਂ ਹੁਣੇ ਤਾਂ ਰੋਡ ਚੱਲੀ ਜਾਂਦੀ, ਨਾ ਕੋਈ ਬੈਰੀਅਰ ਲੱਗਾ ਵੀ ਰੋਡ ਬੰਦ ਹੈ ਜਾਂ ਕੁਛ, ਬਾਈਪਾਸ ਤੇ ਸਾਰੇ ਉਹ ਬਣੇ ਹੋਏ ਆ ਫਲਾਈਓਵਰ, ਪਤਾ ਨੀ ਇਹ ਕਿਉਂ ਬੰਦ ਕਦੇ ਹੋਇਆ ਨੀ। ਗਾਇਸ ਦਿੱਲੀ ਹੋਰ ਕੋਈ ਪ੍ਰੋਬਲਮ ਨਹੀਂ, ਸਿਰਫ ਟ੍ਰੈਫਿਕ ਦੀ ਦਿੱਕਤ ਹੈ, ਬਾਕੀ ਸਭ ਕੁਝ ਓਕੇ ਹੈ ਤੇ ਪੋਲਿਊਸ਼ਨ ਦੀ ਦਿੱਕਤ ਹੈ ਬਸ। ਆ ਦੇਖੋ ਵਾਪਸ ਆ ਰਹੀ ਹੈ। ਨਹੀਂ ਇੱਥੇ ਬੱਬੇ ਜਾਮ ਦੇਖੋ ਗਾਇਸ, ਮੈਂ ਤੁਹਾਨੂੰ ਬੈਕ ਕੈਮਰਾ ਦਿਖਾਵਾਂ। ਆ ਦੇਖੋ ਕਹਿ ਰਹੀ
ਸੀ ਨਾ ਬੰਦ ਹੈ ਜਾਮ ਐਡਾ ਤਗੜਾ ਜਾਮ ਗਾਇਸ ਘੱਟ ਤੋਂ ਘੱਟ ਨਹੀਂ ਤੇ ਤੇ ਆਪਾਂ ਨੂੰ ਜਾਣਾ ਤੇ ਇੱਧਰ ਹੀ ਪੈਣਾ ਹੋਰ ਕੋਈ ਰਸਤੇ ਹੈ ਨਹੀਂ ਜਾ ਤੇ ਉੱਥੇ ਜਾਮ 'ਚ ਖੜੇ ਹੋ ਹਾਂ ਤੇ ਜਾ ਫਿਰ ਮੋੜੀਏ ਮੋੜ ਕੇ ਜਾਵਾਂਗੇ ਕਿੱਧਰੋਂ ਮੈਂ ਤਾਂ ਰਸਤਾ ਮੈਂ ਕਹਿੰਦੀ ਇੱਥੋਂ ਸਾਈਡ ਤੋਂ ਕੱਢ ਲਓ ਉਹ ਦੇਖੋ ਸਾਈਡ ਤੇ ਜਿਹੜੀ ਹੈ ਇੱਕ ਮਿੰਟ ਮੈਂ ਜ਼ੂਮ ਕਰ ਲਾਂ ਆਹ ਦੇਖੋ ਜਿਹੜੀ ਸਾਈਡ ਤੇ ਹੈ ਨਾ ਸਾਈਡ ਤੋਂ ਕੱਢ ਲਓ ਆ ਵੀਡੀਓ ਥੋੜੀ ਜਿਹੀ ਮੇਬੀ ਬਲਰ ਹੋ ਜਾਏਗੀ ਕਿਉਂਕਿ ਮੈਂ ਜ਼ੂਮ ਕੀਤਾ 3x ਤੇ ਕੀਤਾ ਕੈਮਰਾ ਦਿਖਾਉਣ ਲਈ ਸਾਈਡ ਤੋਂ ਕਿੱਥੋਂ ਕੱਢਾ ਮੈਨੂੰ ਮਾੜਾ ਜਿਹਾ ਦੱਸਿਓ ਆ ਉਹੀ ਤੇ ਹੈ ਜਿਹੜਾ ਉਹ ਦੇਖੋ ਉੱਥੇ ਜਿਹੜੀ ਉਹ ਸਵਿਫਟ ਨਹੀਂ ਖੜੀ ਡਿਜ਼ਾਇਰ ਖੜੀ ਹੈ ਉਹਦੀ ਸਾਈਡ ਖੜੀ ਕਰ ਲਓ ਚਲੋ ਜੀ ਜਾਣਾ ਤਾਂ ਸਿੱਧਾ ਹੀ ਹੈ ਫਿਰ ਅਰੇ ਯਾਰ ਉਹ ਦੇਖੋ ਇਸ ਸਾਈਡ ਤੱਕ ਸਾਰਾ ਬੰਦ ਹੈ ਇਸ ਰੋਡ ਤੋਂ ਜਾਣਾ ਹੈ ਪੂਰਾ ਸਾਰਾ ਹੀ ਫੇ ਬੰਦ ਹੈ ਰੋਡ ਤੇ ਸਾਰਾ ਹੀ ਬੰਦ ਹੈ ਗਾਇਸ ਤੁਹਾਨੂੰ ਨਹੀਂ ਪਤਾ ਗਾਇਸ ਮੈਂ ਵੀ ਪੱਕਾ ਡਰਾਈਵਰ ਹਾਂ ਠੀਕ ਹੈ ਮੈਨੂੰ ਵੀ ਪਤਾ ਹੀ ਆ ਆਹ ਦੇਖੋ ਇਹ ਮਹਾਰਾਜ ਜੀ ਅੰਕਲ ਜੀ ਕਿੱਥੇ ਜਾਣ ਰਹੇ ਆ ਆਹ ਇੱਕ ਅਲੱਗ ਹੀ ਸੈਂਪਲ ਹੈ ਸਾਡੇ ਵਰਗਾ ਹੋਰ ਕੋਈ ਰਸਤਾ ਹੈ ਨਹੀਂ ਜਿਹੜੀ ਚੀਜ਼ ਦਾ ਡਰ ਸੀ ਉਹੀ ਹੋਇਆ ਗੱਡੀ ਵਜਾਤੀ ਚਾਤਰੀ ਮਾਰਦੇ ਨੇ ਲੋਕ ਚਾਤਰੀ ਲੋ ਜੀ ਗਾਇਸ ਤੇ ਦਿੱਲੀ ਦਾ ਟ੍ਰੈਫਿਕ ਦਿਖਾਉਂਦੀ ਹੈ ਤੁਹਾਨੂੰ ਫਿਰ ਗਾਇਸ ਪਤਾ ਨਹੀਂ ਕਿੱਥੋਂ ਤੱਕ ਟ੍ਰੈਫਿਕ ਟ੍ਰੈਫਿਕ ਹੀ ਟ੍ਰੈਫਿਕ ਹੈ ਇਹ ਜਵਾਈ ਦਾ ਸਵਾਗਤ ਕਰ ਰਹੇ ਹੈ ਹਾਂ ਇਹ ਜਵਾਈ ਦਾ ਸਵਾਗਤ ਕਰ ਰਹੇ ਹੈ ਇਹ ਕਹਿ ਰਹੇ ਨੇ ਸਾਡਾ ਜਵਾਈ ਆ ਰਿਹਾ ਸੀ ਸਵਾਗਤ ਕਰੀਏ ਹਾਂ ਸਹੀ ਗੱਲ ਹੈ ਟ੍ਰੈਫਿਕ ਕਰਕੇ ਚਲੋ ਗਾਇਸ ਬਾਕੀ ਹੁਣ ਆਪਾਂ 22 ਮਿੰਟ ਦਾ ਟ੍ਰੈਫਿਕ ਸ਼ੋ ਕਰ ਰਿਹਾ ਵੈਸੇ ਠੀਕ ਹੈ ਮੈਂ ਕਿਹਾ ਆਪਾਂ ਉਦਾਂ ਹੀ 22 ਮਿੰਟ ਪਕਾਈ ਮਾਰ ਲੈਨੇ ਆ ਟ੍ਰੈਫਿਕ ਵੀ ਖਤਮ ਹੋ ਜਾਊਗਾ ਤੇ ਟਾਈਮ ਵੀ ਪਾਸ ਹੋ ਜਾਊਗਾ ਠੀਕ ਹੈ ਮੇਰੀ ਗੱਲਾਂ ਸੁਣਦੇ ਰਹੋ ਤੁਸੀਂ ਬਸ ਸੁਣ ਹੀ ਰਹੇ ਆ ਚਲੋ ਗਾਇਸ ਸੁਣ ਹੀ ਰਹੇ ਮਿਲਦੇ ਆ ਅੱਗੇ ਜਾ ਕੇ ਗਾਇਸ ਫਾਈਨਲੀ ਅਸੀਂ ਟ੍ਰੈਫਿਕ ਤੋਂ ਨਿਕਲਣ ਦੀ ਤਿਆਰੀ ਚ ਗਾਇਸ ਪੂਰੇ 5 ਵਜੇ ਅਸੀਂ ਟ੍ਰੈਫਿਕ ਦੇ ਵਿੱਚ ਵੜੇ ਸੀਗੇ ਤੇ 5:48 ਹੋ ਗਏ ਨੇ ਤੇ ਬਸ ਟ੍ਰੈਫਿਕ ਖਤਮ ਹੋਣ ਲੱਗਾ ਸਿਰਫ ਆ ਦੇਖੋ ਇਹ ਫਾਈਨਲੀ ਖਤਮ ਬਸ ਇੱਥੇ ਨਾ ਰੋਡ ਬੰਦੀ ਪਈ ਹੈ ਸ਼ਾਇਦ ਇਸ ਕਰਕੇ ਟ੍ਰੈਫਿਕ ਸੀਗਾ ਤੇ ਹੁਣ ਬਸ ਰਹਿ ਗਿਆ ਸਾਡੇ ਘਰ ਦਾ 10 ਮਿੰਟ ਦਾ ਰਸਤਾ ਬਸ ਅਸੀਂ ਪਹੁੰਚ ਜਾਗੇ 10-15 ਮਿੰਟ ਚ ਘਰ ਫਿਰ ਕਰੇ ਰੈਸਟ ਕਰਕੇ ਥੋੜੀ ਦੇਰ ਫਿਰ ਜਾਵਾਂਗੇ ਘੁੰਮਣ ਫਿਰਨ ਕਿੱਥੇ ਜਾਓਗੇ ਘੁੰਮਣ ਫਿਰਨ ਜਾਵਾਂਗੇ ਕਨਾਟ ਪਲੇਸ ਕਨਾਟ ਪਲੇਸ ਨਹੀਂ ਕਨੋਟ ਪਲੇਸ ਕਨਾਟ ਪਲੇਸ ਸਾਡਾ ਕਨੋਟ ਪਲੇਸ ਸਾਡਾ ਕਨਾਟ ਪਲੇਸ ਚਲੀਏ ਰਾਤ ਨੂੰ ਸਿੱਧੀ ਚਲੀਏ ਨਹੀਂ ਮੈਂ ਤੇ ਤੈਨੂੰ ਨਹੀਂ ਲੈ ਕੇ ਜਾਵਾਂਗਾ ਫਿਰ ਇਕੱਲੇ ਜਾਣਾ ਹੈ ਮੈਂ ਇਕੱਲੇ ਜਾਣਾ ਮੈਂ ਲੱਕੀ ਨੂੰ ਲੈ ਕੇ ਜਾਵਾਂਗਾ ਚਲੋ ਠੀਕ ਹੈ ਘੁੰਮਣੇ ਫਿਰਨ ਜਾਏਂਗੇ ਨਾ ਬੋਇਸ ਬੋਇਸ ਠੀਕ ਹੈ ਯੋਸ 15 ਦਿਨ ਹੀ ਰਹਿਣਾ ਸੀ ਹੁਣ 20 ਦਿਨ ਹੀ ਰਹੂੰਗੀ ਇੱਥੇ ਮੈਂ ਕਹਿੰਦਾ ਤੁਸੀਂ ਮੈਂ ਰਾਤ ਨੂੰ ਵੀ ਘੁੰਮ ਕੇ ਆਵਾਂਗਾ ਤੂੰ ਮਹੀਨਾ ਰਹੀਂ ਠੀਕ ਹੈ ਮੈਂ ਪੂਰੇ ਰਾਤ ਵੀ ਉੱਥੇ ਰਹਿ ਕੇ ਰਾਤ ਨੂੰ ਪਾਰਟੀ ਪੂਰਟੀ ਕਰਕੇ ਆਵਾਂਗਾ ਰਾਤ ਬਾਹਰ ਰਹਿ ਕੇ ਹੋ ਹਾਂ ਰਾਤ ਬਾਹਰ ਰਹਿ ਕੇ ਪਾਰਟੀ ਪੂਰਟੀ ਕਰਕੇ ਆਵਾਂਗੇ ਤੂੰ ਮਹੀਨਾ ਰਹਿ ਦਿੱਲੀ ਕੋਈ ਚੱਕਰ ਨਹੀਂ ਠੀਕ ਹੈ ਡੈਡੀ ਬਲਬ ਸੈੱਟ ਕਰਦੇ ਫਿਰਦੇ ਅਸੀਂ ਆਏ ਘੁੰਮਣ ਫਿਰਨ ਲਓ ਜੀ ਤੇ ਗਾਇਸ ਅਸੀਂ ਆਏ ਹਾਂ ਕਿੱਥੇ ਐਨਐਸਪੀ ਆਏ ਹਾਂ ਆਪਾਂ ਘੁੰਮੀ ਖਵਾਉਣ ਪਿਆਉਣ ਲਾਈ ਮੈਨੂੰ ਨਾ ਕੁਛ ਕਿਆ ਖਵਾ ਕਹਿੰਦੇ ਕਹਿੰਦੇ ਮੈਂ ਬੋਰ ਹੋ ਜਾਣਾ ਮੇਰਾ ਦਿਲ ਨਹੀਂ ਲੱਗਦਾ ਫਿਰ ਮੈਂ ਕਿਹਾ ਚਲੋ ਜੀ ਚੱਲਦੇ ਹਾਂ ਮੈਨੂੰ ਕਿਹਾ ਮੇਰਾ ਨਾ ਕੁਝ ਖਾਣ ਦੇ ਦਿਲ ਕਰ ਰਿਹਾ ਤੇ ਕਹਿੰਦੇ ਫਿਰ ਆਪਾਂ ਐਨਐਸਪੀ ਚੱਲਦੇ ਹਾਂ ਉੱਥੇ ਸਟਰੀਟ ਫੂਡ ਮਿਲਦਾ ਵਧੀਆ ਵਧੀਆ ਤੇ ਆਹ ਦੇਖੋ ਚਮਚੇ ਕਿੱਡੇ ਕਿੱਡੇ ਬਣੇ ਆ ਚਮਚੇ ਭਰਾ ਚਮਚਾ ਕਿੱਡਾ ਚਮਚਾ ਮੈਂ ਤਾਂ ਦੇਖਿਆ ਹੀ ਹੋਣਾ ਹਾਂ ਤੇ ਚਲੋ ਫਿਰ ਕੀ ਖਵਾ ਰਹੇ ਹੋ ਮੈਂ ਤਾਂ ਪਾਸਤਾ ਖਾਣਾ ਚਲੋ ਫਿਰ ਖਾਣੇ ਆ ਆਪਾਂ ਕੀ ਖਵਾ ਰਹੇ ਹੋ ਤੁਹਾਡਾ ਦਾ ਵਾਹ ਚੱਲੇ ਵਾਹ ਤੱਕ ਇਹ ਪੰਜਾਬੀ ਨਹੀਂ ਬੋਲ ਸਕਦੇ ਨਹੀਂ ਤੂੰ ਹਿੰਦੀ ਬੋਲ ਯਾਰ ਕੋਈ ਚੱਕਰ ਨਹੀਂ ਹੈ ਮੋਦੀ ਮੇਨੀਆ ਜਾਣਾ ਮੋਦੀ ਮੇਨੀਆ ਮੋਦੀ ਜੀ ਕੇ ਕੈਫੇ ਚਲੋ ਜੀ
ਪਹੁੰਚ ਗਏ ਆਪਾਂ ਕਿੱਥੋਂ ਖਾਣਾ ਹੈ ਇੱਥੋਂ ਖਾਣਾ ਹੈ ਪਾਸਤਾ ਖਾਓਗੇ ਚਲੋ ਤੁਸੀਂ ਕੀ ਖਾਓਗੇ ਪਾਸਤਾ ਪਾਸਤਾ ਚਲੋ ਲਓ ਜੀ ਗਾਇਸ ਤੇ ਪਾਸਤਾ ਆ ਗਿਆ ਆਪਣਾ ਤੇ ਆਪਾਂ ਇੱਕ ਹੋਰ ਆਈਟਮ ਮੰਗਾਈ ਆ ਤੁਹਾਨੂੰ ਪਤਾ ਉਹਦੇ ਚ ਕੀ ਆ ਬਬਲਸ ਆ ਕੀ ਉਹਦੇ ਚ ਹਾਂ ਬਬਲਸ ਆਉਂਦੇ ਆ ਉਹਦੇ ਚ ਬਬਲਸ ਆ ਛੋਟੇ ਛੋਟੇ ਬਬਲਸ ਜਿਹੇ ਆਉਂਦੇ ਆ ਮੂੰਹ ਚ ਜਾ ਕੇ ਫੁੱਟਦੇ ਆ ਚਲੋ ਟਰਾਈ ਕਰਦੇ ਆ ਕਿਦਾਂ ਦਾ ਕਰਿਓ ਟਰਾਈ ਕਿਦਾਂ ਦਾ ਦੱਸੋ ਅੱਛਾ ਚਲੋ ਲਓ ਜੀ ਗਾਇਸ ਆਪਣੇ ਫਰਾਈਡ ਵੀ ਆ ਚੁੱਕੇ ਆ ਇਹਨੂੰ ਕੀ ਕਹਿੰਦੇ ਆ ਇਟਸ ਗੋਬਾ ਟਾਈਮ ਇਟਸ ਗੋਬਾ ਟਾਈਮ ਆ ਦੇਖੋ ਇਹਦੇ ਵਿੱਚ ਨਾ ਛੋਟੀਆਂ ਛੋਟੀਆਂ ਬੋਲਸ ਹੈ ਤੇ ਜਦੋਂ ਆਪਾਂ ਇਹਨੂੰ ਆਪਾਂ ਕੀ ਕਰਦੇ ਹਾਂ ਇਹਦੇ 'ਚ ਨਾ ਵੱਖਰੇ ਵੱਖਰੇ ਫਲੇਵਰ ਆ ਜਿਵੇਂ 5-6 ਤਰ੍ਹਾਂ ਦੇ ਜਦੋਂ ਆਪਾਂ ਇਹਨੂੰ ਪੀਂਦੇ ਹਾਂ ਤੇ ਇਹਦੀਆਂ ਬੋਲਸ ਸਿੱਧਾ ਮੂੰਹ 'ਚ ਜਾਣਗੀਆਂ ਪਰ ਹਰ ਬੋਲ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦਾ ਮੂੰਹ 'ਚ ਜਾ ਕੇ ਫਟ ਜਾਣਗੀਆਂ ਤੇ ਅਲੱਗ ਅਲੱਗ ਤਰ੍ਹਾਂ ਦਾ ਫਲੇਵਰ ਆਊਗਾ ਲਓ ਜੀ ਗਾਇਸ ਤੇ ਹੁਣ ਆਪਾਂ ਖਾਂਦੇ ਹਾਂ ਤੇ ਫਿਰ ਆਪਾਂ ਚੱਲਦੇ ਆ ਘਰੇ ਲਓ ਜੀ ਗਾਇਸ ਤੇ ਖਾ ਪੀ ਕੇ ਹੋ ਗਏ ਆਪਾਂ ਵਿਹਲੇ ਤੇ ਹੁਣ ਮੈਂ ਲੈਣਾ ਫੋਨ ਦਾ ਕਵਰ ਖਰਾਬ ਹੋ ਚੁੱਕਿਆ ਤੇ ਮੈਂ ਸੋਚ ਰਿਹਾ ਕਿ ਨਵਾਂ ਕਵਰ ਲੈ ਲਈਏ ਹਾਂ ਵੀ ਤੂੰ ਵੀ ਲੈਣਾ ਨਾ ਨਾ ਮੈਂ ਤਾਂ ਨਵਾਂ ਫੋਨ ਲੈਣਾ ਕਵਰ ਨਹੀਂ ਲੈਣਾ ਭਾਈ ਯਾਰ ਕੁਛ ਨਹੀਂ ਖਾਣਾ ਕਿਉਂ ਕਵਰ ਲੈਣਾ ਫੋਨ ਦਾ ਬਲੈਕ ਵਾਲਾ ਤੇ ਉਹ ਵੇਖਦੇ ਆ ਜਦੋਂ ਮਿਲ ਗਿਆ ਤੇ ਵਧੀਆ ਜਿਹਾ ਚਾਹੀਦਾ ਕਿੱਥੋਂ ਮਿਲੂਗਾ ਕਵਰ ਲਵਾਓਗੇ ਕਹਿੰਦੀ ਮੈਨੂੰ ਤਾਂ ਆਪ ਨਹੀਂ ਪਤਾ ਦਿੱਲੀ ਰਹਿੰਦੇ ਤੁਹਾਨੂੰ ਪਤਾ ਨਹੀਂ ਕਵਰ ਕਿੱਥੋਂ ਮਿਲਦੇ ਆ ਇੱਥੇ ਇੱਕ ਦੁਕਾਨ ਤਾਂ ਸੀਗੀ ਬਟ ਇਹ ਨਹੀਂ ਪਤਾ ਕਿਤੇ ਬੰਦ ਨਾ ਹੋਵੇ ਉੱਥੇ ਮਿਲਿਆ ਨਹੀਂ ਚਲੋ ਗਾਇਸ ਦੇਖਦੇ ਆ ਜੇ ਕਿਤੋਂ ਮਿਲਦਾ ਤਾਂ ਇਹ ਬਫਲ ਖਾਣਾ ਨਹੀਂ ਕੁਝ ਕਵਰ ਲੈਣਾ ਆਪਾਂ ਜੇ ਮਿਲ ਗਿਆ ਤੇ ਚਲੋ ਗਾਇਸ